ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਵੈਲਕਮ ਟੂ ਸੋਨੀ ਬਾਈ ਚ ਖੁਸ਼ ਆਮਦੀਦ ਤੇ ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਅਵੈਸ ਔਜਲਾ ਤੇ ਨਾਜ਼ਰੀਨ ਮਾਮੂਲ ਦੀ ਤਰ੍ਹਾਂ ਸੋਨੀ ਬਾਈ ਚੈਨਲ ਦੀ ਟੀਮ ਅੱਜ ਤੁਹਾਡੇ ਨਾਲ ਦੇਸੀ ਗੋਭੀ ਦੀ ਪਨੀਰੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਉਸ ਦਾ ਤਰੀਕਾਕਾਰ ਸ਼ੇਅਰ ਕਰੇਗੀ ਕਿ ਦੇਸੀ ਗੋਭੀ ਕਿਸ ਮੰਥ ਵਿੱਚ ਕਾਸ਼ ਕੀਤੀ ਜਾਂਦੀ ਹੈ ਕੀ ਇਹਦਾ ਤਰੀਕਾਕਾਰ ਹੈ ਪਹਿਲੀ ਦੀ ਕੀ ਤਿਆਰੀ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਬੀਜ ਕਿਸ ਤਰ੍ਹਾਂ ਮਿਕਸ ਕਰਨਾ ਅਤੇ ਕਿੰਨਾ ਬੀਜ ਹੋਣਾ ਚਾਹੀਦਾ ਪਾਣੀ ਕਿਸ ਹਿਸਾਬ ਨਾਲ ਲਾਉਣਾ ਚਾਹੀਦਾ ਹੋਰ ਕਿਆਰੀਆਂ ਦਾ ਕੀ ਹਿਸਾਬ ਹੈ ਕਿੱਡੀ ਕੁ ਕਿਆਰੀ ਤੁਹਾਡੇ ਵਾਸਤੇ ਬੈਨੀਫਿਸ਼ੀਅਲ ਹੈਗੀ ਇਹ ਕਿਆਰੀ ਦਾ ਸਾਈਜ਼ ਦੇਖ ਲਓ ਇਹ ਤਾਂ ਬਹੁਤ ਹੀ ਜ਼ਬਰਦਸਤ ਸਾਈਜ਼ ਤੁਸੀਂ ਦੋਨਾਂ ਸਾਈਡ 'ਤੇ ਬਹਿ ਕੇ ਇਹਦੇ ਵਿੱਚ ਗੰਢ ਅਗਰ ਹੈ ਇਸ ਸਾਈਡ 'ਤੇ ਬਹਿ ਕੇ ਵੀ ਤੁਸੀਂ ਚੁਣ ਸਕਦੇ ਹੋ ਉਸ ਸਾਈਡ ਤੋਂ ਬਹਿ ਕੇ ਤੁਸੀਂ ਚੁਣ ਸਕਦੇ ਹੋ ਹੋਰ ਪਾਣੀ ਕਿਸ ਹਿਸਾਬ ਨਾਲ ਲਗਾਉਣਾ ਇਸ ਉੱਤੇ ਜਿਹੜੇ ਕੱਖ ਦੇਣੇ ਨੇ ਉਹ ਕੱਖ ਕਿੱਡੇ ਕੁ ਯਾਨੀ ਕਿ ਪਨੀਰੀ ਹੋਏ ਤਾਂ ਲਾ ਦੇਣੇ ਚਾਹੀਦੇ ਨੇ ਉਹ ਕੱਖ ਕਿਉਂ ਦੇਣੇ ਚਾਹੀਦੇ ਨੇ ਉਹਨਾਂ ਦਾ ਕੀ ਫਾਇਦਾ ਇਹ ਸਾਰੀਆਂ ਗੱਲਾਂ ਅਸੀਂ ਚਾਚੇ ਰਾਮ ਤੋਂ ਪੁੱਛ ਕੇ ਅਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾਜ਼ਰੀਨ ਵੀਡੀਓ ਤੋਂ ਮੁਸਤਫੀਦ ਹੋਣ ਵਾਸਤੇ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਅਤੇ ਜਿਹੜੇ ਨਿਊ ਵਿਊਜ਼ ਨੇ ਜਿਹਨਾਂ ਹਜੇ ਤੱਕ ਸਾਡੇ ਚੈਨਲ ਸੋਨੀ ਬਾਈ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੀ ਹੌਸਲਾ ਅਫਜ਼ਾਈ ਵਾਸਤੇ ਸਾਡੇ ਚੈਨਲ ਸੋਨੀ ਬਾਈ ਨੂੰ ਕਰੋ ਸਬਸਕ੍ਰਾਈਬ ਅਤੇ ਕੋਲ ਘੰਟੀ ਦੇ ਬਟਨ 'ਤੇ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਾਰ ਬਾਰ ਮਿਲਦਾ ਰਹੇ ਅਤੇ ਤੁਸੀਂ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਹਾਸਲ ਕਰਦੇ ਰਹੋ ਅਤੇ ਨਾਜ਼ਰੀਨ ਚਾਹੁੰਦੇ ਹਾਂ ਅਸੀਂ ਉਸ ਚਾਚੇ ਰਾਮ ਕੋਲ ਇਹ ਗੱਲਾਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿਓ ਨਾਜ਼ਰੀਨ ਅੱਜ ਅਸੀਂ ਮੌਜੂਦ ਹਾਂ ਮੱਲੀ ਚੌਂਕ ਅਤੇ ਗਾਓਂ ਦਾ ਨਾਮ ਹੈ ਮਡਿਆਲਾ ਮੀਸ਼ਕਾਲਾ ਤਹਿਸੀਲ ਜ਼ਿਲ੍ਹਾ ਗੁਜਰਾਂਵਾਲਾ ਪੰਜਾਬ ਪਾਕਿਸਤਾਨ ਨਜ਼ਦ ਸਬਜ਼ੀ ਮੰਡੀ ਲੱਗਦੀ ਹੈ ਗੁਜਰਾਂਵਾਲੇ ਦੀ ਉਹਦੇ ਨਜ਼ਦੀਕ ਇਹ ਗਾਓਂ ਹੈ ਅਤੇ ਚਾਚਾ ਜੀ ਇਹ ਤੁਸਾਂ ਜਿਹੜੀ ਆ ਗੋਭੀ ਦੀ ਪਨੀਰੀ ਕਾਸ਼ਤ ਕੀਤੀ ਹੈ ਇਹ ਕਿਹੜੀ ਵਰਾਇਟੀ ਹੈ ਕਿਹੜੀ ਕਿਸਮ ਹੈ ਦੇਸੀ ਕਿਸਮ ਹੈ ਯਾਨੀ ਕਿ ਇਹਨੂੰ ਦੇਸੀ ਗੋਭੀ ਕਹਿੰਦੇ ਨੇ ਠੀਕ ਹੋ ਗਿਆ ਤੇ ਚਾਚਾ ਜੀ ਇਹਦੀ ਕਾਸ਼ਤਕਾਰੀ ਯਾਨੀ ਕਦੋਂ ਕੀਤੀ ਜਾਂਦੀ ਯਾਨੀ ਕਿ ਪਨੀਰੀ ਦਾ ਕਿਹੜਾ ਮੌਸਮ ਹੈ ਤੁਸੀਂ ਭਾਵੇਂ ਅੱਧ ਹਾੜ ਜਿਲਾ ਵੇਚ ਲਓ ਭਾਵੇਂ ਖੀਰ ਹਾੜ ਦੇ ਵੇਚ ਲਓ ਠੀਕ ਹੈ ਉਹ ਕੋਈ ਟਾਈਮ ਹੀ ਲੈਣਾ ਸਹੀ ਹੈ ਪਿਛਲੇ ਵਾਰ ਮੇਰੀ ਅੱਜ ਕੱਲ੍ਹ ਗੋਭੀ ਲੱਗੀ ਸੀ ਜਿਹੜੀ ਹੋਈ ਸਹੀ ਹੋ ਗਿਆ ਤਰੀਕਾਕਾਰ ਪੈਲੀ ਦਾ ਕਰਨਾ ਚਾਹੀਦਾ ਤਿਆਰ ਕਰਕੇ ਖੇਲਾਂ ਕਢਾ ਕੇ ਮੁੜ ਕੇ ਗੋਭੀ ਲਾ ਦਾਂਗੇ ਪੈਲੀ ਆ ਤੁਸੀਂ ਆਪ ਹੀ ਹੱਥਾਂ ਦੇ ਨਾਲ ਹੀ ਕਈਆਂ ਨਾਲ ਗੋਡੀ ਜਾਂ ਕੋਈ ਟਰੈਕਟਰ ਨਾਲ ਇਹ ਪਹਿਲਾਂ ਟਰੈਕਟਰ ਨਾਲ ਸਹੀ ਹੈ ਉਹ ਬਾਅਦ ਵਿੱਚ ਮਕਈ ਬੀਜੀ ਇਹਦੇ ਵਿੱਚ ਪਾਣੀ ਲਗਾਇਆ ਇੱਥੋਂ ਦੀ ਠੀਕ ਹੈ ਉਹ ਫਿਰ ਨਾਲ ਦਿਨੋਂ ਪਿਆ ਵਿੱਚੋਂ ਅੱਛਾ ਉਹ ਸਾੜਿਆ ਸਹੀ ਹੈ ਦੁਆ ਨਾਲ ਠੀਕ ਹੈ ਮੁੜ ਕੇ ਕਈ ਨਾਲ ਗੋਡਿਆ ਕਈ ਨਾਲ ਗੋਡ ਕੇ ਖੱਤੀਆਂ ਬਣਾਈਆਂ ਖੱਤੀਆਂ ਬਣਾ ਕੇ ਅਤੇ ਖੱਤੀਆਂ ਦੇ ਹੋਰ ਯਾਨੀ ਕਿ ਕਿੱਲੇ ਵਾਸਤੇ ਕਿੰਨਾ ਕੁ ਬੀਜ ਲੱਗ ਜਾਂਦਾ ਕੀ ਹਿਸਾਬ ਕਿਤਾਬ ਹੈ ਬੀਜ ਦਾ ਫਰਕ ਹੁੰਦਾ ਹੈ ਸਾਡੇ ਇਸ ਇਲਾਕੇ 'ਚ ਠੀਕ ਹੈ ਬੀਜ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਸਹੀ ਹੈ ਉਹ ਪੈਲੀਆਂ ਰੋੜਾ ਵਾਲੀਆਂ ਉਹ ਗੰਦਾ ਪਾਣੀ ਸਹੀ ਹੈ ਜਿਹਦੀ ਵਜ੍ਹਾ ਨਾਲ ਕੰਮ ਹੁੰਦਾ ਯਾਨੀ ਕਿ ਤਕਰੀਬਨ ਕਿੰਨਾ ਕੁ ਬੀਜ ਲੱਗਦਾ ਇੱਕ ਕਿੱਲੇ ਵਾਸਤੇ ਬੀਜ ਦਾ ਭਾਅ ਹੋਵੇ ਨਾ ਉਹ ਵੀ ਕਿੱਲੇ ਵਾਸਤੇ ਬੜਾ ਹੈ ਭਾਅ ਵੀ ਫੱਬਜੇ ਤੇ ਫੱਬਜੇ ਉਹ ਪੂਰੀ ਪੈਲੀ ਲਵਾਈ ਉਹ ਪੂਰੀ ਪੈਲੀ ਲਵਾ ਜਾਂਦਾ ਠੀਕ ਹੋ ਤੇ ਚਾਚਾ ਜੀ ਜਦੋਂ ਇਹ ਪੈਲੀ ਸ਼ੈਲੀ ਵਾਲੀ ਠੀਕ ਹੈ ਇਹ ਖੇਲਾ ਬਣਾ ਲੈਣੀਆਂ ਨੇ ਖੇਲਾ ਬਣਾਉਣ ਤੋਂ ਬਾਅਦ ਬੀਜ ਦੇ ਉੱਤੇ ਛੱਟਾ ਦੇ ਦੇਣਾ ਛੱਟਾ ਦੇ ਕੇ ਨਾ ਸਵਾਰੀ ਕਰਕੇ ਲੇਵਲ 'ਚ ਅੱਛਾ ਛੱਟਾ ਦੇ ਕੇ ਹੱਥ ਮਾਰ ਦਿਓ ਸਹੀ ਯਾਨੀ ਕਿ ਛੱਟਾ ਦੇ ਕੇ ਤੇ ਉੱਤੇ ਹੱਥ ਮਾਰ ਦੇਣਾ ਦੁਬਾਰਾ ਗੋਡਾ ਛੱਡਣਾ ਤੇ ਨਹੀਂ ਹੱਥ ਕਿਸ ਹਿਸਾਬ ਨਾਲ ਮਾਰਨਾ ਉਂਗਲਾਂ ਦੇ ਨਾਲ ਠੀਕ ਯਾਨੀ ਕਿ ਉਂਗਲਾਂ ਨੂੰ ਡੂੰਘਾ ਨਾ ਜਾਏ ਠੀਕ ਹੋ ਗਿਆ ਉੱਤੇ ਉੱਤੇ ਯਾਨੀ ਕਿ ਰਹੇ ਕਿ ਹੋਰ ਕੋਈ ਥੱਲੇ ਖਾਦ ਸ਼ਾਦ ਪਾ ਲੈਣੀ ਚਾਹੀਦੀ ਹੈ ਨਹੀਂ ਸਾਫ਼ ਪਾਣੀ ਹੈ ਵੱਡੀ ਹੈ ਵੀ ਪਾ ਲਓ ਠੀਕ ਹੈ ਅਗਰ ਜੇ ਕੋਈ ਗੰਦਾ ਪਾਣੀ ਲੱਗਦਾ ਤਾਂ ਫਿਰ ਕੋਈ ਜ਼ਰੂਰਤ ਨਹੀਂ ਹੈ ਤੇ ਕਿੰਨੀ ਕੁ ਖਾਦ ਡੀਏਪੀ ਪਾ ਲੈਣੀ ਚਾਹੀਦੀ ਤਕਰੀਬਨ ਖਾਦ ਜਿੰਨੀ ਤੁਸੀਂ ਬੀਜਣੀ ਉਸ ਹਿਸਾਬ ਨਾਲ ਯਾਨੀ ਕਿ ਇਹ ਤੁਸਾਂ ਤੱਕ ਇਹ ਪੰਜ ਕੋ ਖੱਤੀਆਂ ਵਾਸਤੇ ਇਹ ਖੱਤੀਆਂ ਪੰਜ ਵਾਸਤੇ 5 ਕਿਲੋ ਖਾਦ ਚਾਹੀਦੀ 5 ਕਿਲੋ ਖਾਦ ਇਹ ਸਾਰੇ ਵਾਸਤੇ ਇਹ ਸਾਰੇ ਵਾਸਤੇ ਯਾਨੀ ਕਿ 5 ਕਿਲੋ ਖਾਦ ਠੀਕ ਸੀ ਇਹਦੇ ਆ ਸਹੀ ਹੋ ਚਾਚੇ ਜਦੋਂ ਤੁਸਾਂ ਛੱਟਾ ਦੇ ਦੇਣਾ ਤੇ ਉੱਤੇ ਹੱਥ ਫੇਰ ਦੇਣਾ ਤੇ ਪਾਣੀ ਕਿੰਨੀ ਕੁ ਦੇਰ ਬਾਅਦ ਲਾਣਾ ਇਹਨੂੰ ਮਤਲਬ ਕਿ ਜੇ ਤੁਸੀਂ ਲਾਣ ਨਾ ਠੀਕ ਹੈ ਇਸ ਟਾਈਮ ਤੇ ਸਹੀ ਹੈ ਇਸ ਟਾਈਮ ਖੱਤੀਆਂ ਤਿਆਰ ਹੋ ਗਈਆਂ ਨੇ ਵੀਰ ਲਾਤਾ ਸਹੀ ਹੈ ਸਵੇਰੇ ਆ ਕੇ ਪਾਣੀ ਦੇ ਦਿਓ ਸੁਬਾ ਪਾਣੀ ਲਾ ਦੇਈਏ ਉਸੇ ਟਾਈਮ ਪਾਣੀ ਲਾਈਏ ਤਾਂ ਕੋਈ ਨੁਕਸਾਨ ਹੈ ਕੀ ਨੁਕਸਾਨ ਹੈ ਘਟ ਜਾਂਦੀ ਉਹ ਥੱਲੇ ਘਟ ਜਾਂਦੀ ਹੈ ਘਟ ਜਮਾ ਹੋਏਗਾ ਸਹੀ ਹੈ ਤੇ ਅਗਰ ਇਹਦਾ ਕੋਈ ਸਹੀ ਯਾਨੀ ਕਿ ਟਾਈਮ ਕਿਹੜਾ ਪਨੀਰੀ ਬੀਜਾਂ ਸੁਬਾ ਲਾਣੀ ਚਾਹੀਦੀ ਜਾਂ ਪਿਛਲੇ ਟਾਈਮ ਪਨੀਰੀ ਲਾਣ ਦੀ
ਹਾਂ ਜੀ ਯਾਨੀ ਕਿ ਜਿਹੜੇ ਟਾਈਮ ਪਿਛਲੇ ਟਾਈਮ ਬੀਜਣੀ ਹੈ ਜਦੋਂ ਪਨੀਰੀ ਨਹੀਂ ਜਦੋਂ ਗੋਭੀ ਲਾਣੀ ਹੈ ਨਾ ਠੀਕ ਹੈ ਪਨੀਰੀ ਤਿਆਰ ਹੋ ਜਾਣੀ ਹੈ ਸਹੀ ਹੈ ਉਦੋਂ ਇਸ ਟਾਈਮ ਤੇ ਪਿਛਲੇ ਟਾਈਮ ਨਾਲ ਲਾਣੀ ਤੇ ਇਹ ਤਾਂ ਜਦੋਂ ਐ ਲਈ ਤਿਆਰ ਕਰਨੀ ਹੈ ਪਨੀਰੀ ਉਹਦਾ ਤਾਂ ਕੋਈ ਟਾਈਮ ਨਹੀਂ ਆਇਆ ਕਿ ਸਵੇਰ ਯਾਰ ਲਾ ਲਈਏ ਜਾਂ ਪਿਛਲੇ ਟਾਈਮ ਲਾ ਲਈਦੀ ਇਹਦਾ ਟਾਈਮ ਕੋਈ ਨਹੀਂ ਜਦੋਂ ਮਰਜ਼ੀ ਦੇ ਲਓ ਜਦੋਂ ਮਰਜ਼ੀ ਜਾਂ ਸਵੇਰ ਜਾਂ ਜੇ ਸਵੇਰ ਬੀਜੋਗੇ ਠੀਕ ਹੈ ਤੇ 3-4 ਘੰਟੇ ਡਾ ਕੇ ਪਾਣੀ ਫੇਰ ਦਿਓ 3-4 ਘੰਟੇ ਬਾਅਦ ਹਾਂ ਜ਼ਮੀਨ ਗਰਮ ਹੋ ਜਾਏਗੀ ਸਹੀ ਹੈ ਸੇਕ ਲੱਗ ਜਾਏਗਾ ਬੀਜ ਨੂੰ ਸਹੀ ਹੈ ਉਹਨੂੰ ਪਿਆ ਦੇ ਉਹਨੂੰ ਪਿਆ ਦੇਈਏ ਅਗਰ ਪਿਛਲੇ ਟਾਈਮ ਲਾਈ ਤੋ ਫਿਰ ਸਵੇਰ ਉੱਠ ਕੇ ਆ ਕੇ ਸਵੇਰ ਉੱਠ ਕੇ ਉਹ ਫਿਰ ਜ਼ਮੀਨ ਦੇ ਨਾ ਜ਼ਮੀਨ ਰਾਤ ਨੂੰ ਠੀਕ ਹੈ ਬੀਜ ਦਰਿਆ ਜਦੋਂ ਪੈਂਦੀ ਹੈ ਠੰਡੀ ਹੋ ਜਾਂਦੀ ਹੈ ਸਹੀ ਹੈ ਉਹ ਬੀਜ ਜਾਂਦਾ ਮਾੜਾ ਮੋਟਾ ਫੁੱਲ ਜਾਂਦਾ ਹੋਰ ਯਾਨੀ ਕਿ ਉਹ ਆਪ ਹੀ ਫੁੱਟ ਪੈਂਦਾ ਫੁੱਲ ਪੈਂਦਾ ਫੁੱਲ ਪੈਂਦਾ ਉਹ ਪਾਣੀ ਤੋਂ ਜਲਦੀ ਬਾਹਰ ਆ ਜਾਂਦਾ ਠੀਕ ਹੋ ਗਿਆ ਚਾਚਾ ਜੀ ਦੂਸਰਾ ਪਾਣੀ ਕਿੰਨੀ ਕੁ ਦੇਰ ਬਾਅਦ ਜਾਂ ਕਿੰਨੇ ਕੁ ਦਿਨਾਂ ਬਾਅਦ ਦੇਣਾ ਚਾਹੀਦਾ ਜਦੋਂ ਇਹਨੇ ਨਿਕਲਣਾ ਨਾ ਬਾਹਰ ਸਹੀ ਹੈ ਜਾਣਾ ਕਿ ਹੁਣ ਖੱਤੀਆਂ ਬਈ ਚਿੱਟੀਆਂ ਹੋ ਗਈਆਂ ਨੇ ਠੀਕ ਹੈ ਚਿੱਟੀਆਂ ਹੋ ਗਈਆਂ ਪਿਛਲੇ ਟਾਈਮ ਪਾਣੀ ਭੇਜ ਦਿਓ ਪਾਸੇ ਸਵੇਰੇ ਵੜ ਲੈ ਸਵੇਰ ਸਵੇਰ ਟਾਈਮ ਨਾਲ ਠੀਕ ਹੈ ਤੇ ਤਕਰੀਬਨ ਇਹ ਕਿੰਨੇ ਕੁ ਪਾਣੀਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹ ਪਾਣੀ ਬਈ ਪਾਣੀ ਕਿ ਯਾਨੀ ਕਿ ਜਦੋਂ ਇਹ ਬੱਤਰ ਦੇ ਪਾਣੀ 6 ਲੈ ਜਾਣ 7 ਲੈ ਦੇ ਸਹੀ ਹੈ ਤੇ ਬਾਦਾਂ ਪੈਂਦੀਆਂ ਨੇ ਫਿਰ ਉਹ ਬਾਦਾਂ ਹੀ ਤਿਆਰ ਹੋ ਜਾਂਦੀ ਯਾਨੀ ਕਿ ਬੱਤਰ ਦਾ ਪਾਣੀ ਇਹਨੂੰ ਦੇਈ ਹੋਣਾ ਬੱਤਰ ਤੇ ਚਾਚਾ ਜੀ ਆ ਜਿਹੜਾ ਤੁਸੀਂ ਉੱਤੇ ਆ ਲੈ ਪਾਏ ਨੇ ਆ ਪੱਤੇ ਹੋ ਗਏ ਜਾਂ ਲੱਕੜੀਆਂ ਇਹਨਾਂ ਦਾ ਕੀ ਫਾਇਦਾ ਹੈ ਇਹਨਾਂ ਦਾ ਫਾਇਦਾ ਧੁੱਪ ਜਿਹੜੀ ਪੈਂਦੀ ਹੈ ਜ਼ਿਆਦਾ ਹਾਂਜੀ ਹਵਾ ਚੱਲੇਗੀ ਸਹੀ ਹੈ ਚਲੋ ਜ਼ਮੀਨ ਨਹੀਂ ਖੁਸ਼ਕ ਹੋਏਗੀ ਸਹੀ ਹੈ ਯਾਨੀ ਕਿ ਜ਼ਮੀਨ ਦੀ ਖੁਸ਼ਕੀ ਆਸਤੇ ਯਾਨੀ ਕਿ ਜ਼ਮੀਨ ਜਲਦੀ ਖੁਸ਼ਕ ਨਾ ਹੋਏ ਹੋਰ ਇਹਦਾ ਕੀ ਫਾਇਦਾ ਕੋਈ ਇਹਦਾ ਫਾਇਦਾ ਇਹ ਹੈ ਨਾ ਖੁਸ਼ਕ ਹੋਵੇਗੀ ਹਾਂਜੀ ਜਲਦੀ ਬੀਜ ਬਾਹਰ ਆ ਜਾ ਯਾਨੀ ਕਿ ਜਲਦੀ ਬੀਜ ਬਾਹਰ ਬੀਜ ਕਿੰਨਾ ਕੁ ਹੋਈਏ ਤੈਨੂੰ ਤੁਲਾ ਲੈਣਾ ਚਾਹੀਦਾ ਤਕਰੀਬਨ ਜਦੋਂ ਆ ਵੇਖ ਤਾਂ ਸਾਹਮਣੇ ਨਜ਼ਰ ਆਉਂਦੇ ਆ ਇਹ ਬੀਜ ਦਾ ਇੰਨਾ ਸਾਈਜ਼ ਦਾ ਹੀ ਹੈ ਹਾਂਜੀ ਆ ਸਵੇਰੇ ਮੈਂ ਲਾਇਆ ਕੋ ਠੀਕ ਹੈ ਜਿਵੇਂ ਇਹ ਬਾਹਰ ਆਇਆ ਇਥੋਂ ਹਾਂਜੀ ਤੇ ਚੁੱਕ ਕੇ ਲਾ ਦਿਓ ਫਿਰ ਲਾ ਦਿਓ ਵੱਡਾ ਕਰੋਗੇ ਠੀਕ ਹੈ ਰੱਖੋ ਉੱਤੇ ਉਹ ਫਿਰ ਲੰਮਾ ਜ਼ਿਆਦਾ ਹੋ ਜਾਏਗਾ ਲੇਟ ਜਾਏਗੀ ਯਾਨੀ ਕਿ ਫਿਰ ਆ ਥੱਲੋਂ ਫਿਰ ਲੇਟ ਜਾਣੀ ਆਂ ਕਰਕੇ ਸਹੀ ਐ ਹੀ ਲੇਟ ਜਾਣੀ ਕਦ ਬਲਾ ਬਾ ਕਰ ਦੇਗੀ ਸਹੀ ਹੋ ਗਿਆ ਚਾਚਾ ਜੀ ਤਕਰੀਬਨ ਕਿੰਨੇ ਕੁ ਦਿਨਾਂ ਦੀ ਜਾਂ ਮਹੀਨਿਆਂ ਦੀ ਪਨੀਰੀ ਹੋਏ ਤੇ ਇਹਨੂੰ ਲਾ ਦੇਣਾ ਚਾਹੀਦਾ ਅੱਗੋਂ ਇੱਕ ਮਹੀਨਾ ਪੌਦੇ ਦਾ ਕੀ ਯਾਨੀ ਕੋ ਪਹਿਚਾਨ ਹੈ ਕਿੰਨੇ ਕੁ ਪੱਤੇ ਹੋ ਜਾਣ ਤੇ ਲਾ ਦੇਣੇ ਚਾਹੀਦੇ ਹੈ ਮਹੀਨੇ ਤੋਂ ਜ਼ਿਆਦਾ ਵੀ ਕੋਈ ਨਹੀਂ ਇਹ ਉਹ ਮਹੀਨੇ ਬਾਅਦ ਦੋ ਮਹੀਨੇ ਲਗਾ ਜਾਂਦੇ ਨੇ ਹਾਂਜੀ ਉਹ ਪਾਣੀ ਨਹੀਂ ਦਿੰਦੇ ਠੀਕ ਹੈ ਉਹ ਤਾਂ ਵੇਖੀ ਹੋਣੀ ਆ ਜੀ ਮਾਂ ਗਾਦਨ ਵੀ ਆਹੋ ਉਹਦੇ ਵਿੱਚ ਵੀ ਮੂੰਹ ਬਣਿਆ ਨਹੀਂ ਮੂੰਹ ਬਣਿਆ ਹੁੰਦਾ ਹੈ ਹਾਂਜੀ ਉਹ ਭਾਦ ਵਿੱਚ ਕੁੱਪੀ ਜਾਈ ਉਹ ਤੇ ਪਰੋਂਦੇ ਨੇ ਪਾਣੀ ਹਾਂਜੀ ਹਾਂਜੀ ਉਹਦੇ ਨਾਲ ਠੀਕ ਹੋ ਗਿਆ ਉਹ ਫਿਰ 5-2 ਮਹੀਨੇ ਖਾ ਰੱਖੋ ਕੁੱਪੀ ਜੀ ਸਹੀ ਹੋ ਗਿਆ ਯਾਨੀ ਕਿ ਉਹਦੇ ਨਾਲ ਜ਼ਿਆਦਾ ਟਾਈਮ ਲੈਂਦੀ ਹਾਂਜੀ ਸਹੀ ਹੈ ਉਹ ਇਸ ਵਾਸਤੇ ਨਾ ਵੱਧਦੀ ਹੈ ਠੀਕ ਹੈ ਨਾ ਪਕੜੋੜ ਹੋਣਾ ਉਹਨੇ ਉਹਨੇ ਰਹਿਣਾ ਕੋਲ ਚ ਤੇ ਰਹਿਣਾ ਵੀ ਉਹਨੇ ਸਹੀ ਸਹੀ ਹੈ ਠੀਕ ਹੋ ਗਿਆ ਸਹੀ ਤੇ ਇਹ ਤਕਰੀਬਨ ਐਡੀ ਕੁ ਹੋਈ ਹੈ ਤੇ ਇਹਨੂੰ ਲਾ ਦੇਣਾ ਚਾਹੀਦਾ ਛੋਟੀ ਐਡੀ ਕੁ ਹੋਈ ਹੈ ਲਾ ਦੇਣਾ ਚਾਹੀਦਾ ਸਹੀ ਹੋ ਗਿਆ ਤੇ ਚਾਚਾ ਜੀ ਤੁਹਾਨੂੰ ਕਿੰਨੇ ਕੁ ਦਿਨ ਹੋ ਗਏ ਨੇ ਲਾਈ ਨੂੰ ਮੈਨੂੰ ਤਾਂ ਸਾਹਮਣੇ ਹੀ ਹੈ ਉਹ ਅੱਜ ਵੀ ਆਈ ਆ ਸਹੀ ਹੈ ਇਹਨੇ ਦੂਸਰਾ ਪਾਣੀ ਮੈਂ ਆਪ ਹੀ ਲਾਇਆ ਠੀਕ ਹੈ ਮੈਂ ਗਿੱਲੀ ਸੀ ਸਹੀ ਹੈ ਮੈਂ ਸ਼ਾਮ ਨੂੰ ਫਿਰ ਮੈਂ ਪਾਣੀ ਆਪ ਦੱਬਿਆ ਅੱਛਾ ਅੱਛਾ ਤਾਂ ਪਿਆਸ ਸੀ ਠੀਕ ਹੋ ਗਿਆ ਉੱਥੋਂ ਬਚ ਪਿਆ ਗਈ ਸਹੀ ਹੈ ਠੀਕ ਹੈ ਤੇ ਨਾਜ਼ਰੀਨ ਐ ਚਾਚੇ ਰਾ ਨਾ ਦੇਸੀ ਗੋਭੀ ਦੇ ਮਤਲਬ ਯਾਨੀ ਕਿ ਇਹਦਾ ਪਨੀਰੀ ਕਿਸ ਤਰ੍ਹਾਂ ਤਿਆਰ ਕਰਨੀ ਉਹਦੇ ਮਤਲਬ ਤੁਹਾਡੇ ਨਾਲ ਟੋਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਦੇਸੀ ਗੋਭੀ ਦੀ ਪਨੀਰੀ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਇਨਸ਼ਾਅੱਲਾ ਇਹਨਾਂ ਕੋਲ ਵਾਫਰ ਮਕਦਾਰ ਦੇ ਵਿੱਚ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਅਗਰ ਕਿਸੇ ਬਾਈ ਨੂੰ ਜ਼ਰੂਰਤ ਹੋਈ ਇਹਨਾਂ ਨਾਲ ਰਾਬਤਾ ਕਰਕੇ ਤੇ ਤੁਸੀਂ ਪਨੀਰੀ ਖਰੀਦ ਸਕਦੇ ਹੋ ਨਾਜ਼ਰੀਨ ਇਸੇ ਦੇ ਨਾਲ ਸੋਨੀ ਬਾਈ ਚੈਨਲ ਦੀ ਟੀਮ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਇੱਕ ਨਈ ਇਨਫੋਰਮੇਟਿਵ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਅੱਲਾ ਤੁਹਾਨੂੰ ਤੁਹਾਡੇ ਅਹਿਲ ਖਾਨਾ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ ਅੱਲਾ ਹਾਫਿਜ਼